ਵਾਰਤਾਰ ਮਾਮੂਲੀ ਤਕਰਾਰ ਨੂੰ ਲੈ ਕੇ ਕੀਤਾ ਚਚੇਰੇ ਭਰਾ ਦਾ ਕਤਲ। ਤਿੰਨ ਧੀਆਂ ਦਾ ਬਾਪ ਸੀ ਮ੍ਰਿਤਕ। ਇਲਾਕੇ 'ਚ ਸੋਗ ਦੀ ਲਹਿਰ। ਮਾਮੂਲੀ ਤਕਰਾਰ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਸ਼ਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਹਿਦੀਪੁਰ ਵਜੋਂ ਹੋਈ ਹੈ। ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਪਤਨੀ ਰਜਵੰਤ ਕੌਰ ਨੇ ਦੱਸਿਆ, ਦੁਪਹਿਰੇ ਵਕਤ 2 ਵਜੇ ਦੇ ਕਰੀਬ ਕਿ ਉਸਦੇ ਪਤੀ ਨੇ ਝੋਨਾ ਵੱਢ ਕੇ ਬਚੀ ਰਹਿੰਦ ਖੂਨ ਨੂੰ ਪਾਣੀ ਲਗਾਇਆ ਹੋਇਆ ਸੀ ਕਿ ਉਸਦੇ ਚਚੇਰੇ ਭਰਾ ਪ੍ਰਭਜੀਤ ਸਿੰਘ ਵੱਲੋਂ ਉਸਦੀ ਜ਼ਮੀਨ ਵਿੱਚ ਪਾਣੀ ਪਾਉਣ ਨੂੰ ਲੈ ਤੇਜ਼ ਧਾਰ ਹਥਿਆਰਾਂ ਨਾਲ ਰਸ਼ਪਾਲ ਸਿੰਘ ਉੱਪਰ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਭਿੱਖੀਵਿੰਡ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਕਤ ਨੌਜਵਾਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉੱਧਰ ਇਸ ਮਾਮਲੇ ਸੰਬੰਧੀ ਥਾਣਾ ਖੇਮਕਰਨ ASI ਕਵਲਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉੱਪਰ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੋਨੂੰ ਫਤਿਹਾਬਾਦ ਦੀ ਵਿਸ਼ੇਸ਼ ਰਿਪੋਰਟ। ਬਲਕਾਰ ਸਿੰਘ ਜੀ, ਤੇ ਬਹੁਤ ਮਾੜੀ ਗੱਲ ਹੋਈ, ਜਿਹੜਾ ਇਹ ਧੱਕਾ ਬਹੁਤ ਹੋਇਆ ਦੋ। ਹਾਂਜੀ, ਕੀ ਘਟਨਾ ਵਾਪਰੀ? ਪਾਣੀ ਦਾ ਝਗੜਾ ਆਈ ਵੀ ਪਾਣੀ ਟੁੱਟ ਗਿਆ ਜੀ। ਕੀ ਉਹ ਕਿਹਨਾਂ ਦੇ ਨਾਲ, ਮਤਲਬ ਇਹ ਝਗੜਾ? ਆਪਣਾ ਰਸਪਾਲ ਹੋਣਾ ਦੇ ਨਾਲ ਤੇ ਉਹਦਾ ਚੰਨਾ ਸੋਹ ਦੇ ਮੁੰਡੇ ਆ ਪ੍ਰਭੂ ਤੇ ਸਿਰਾ। ਤੇ ਕੀ ਮਤਲਬ ਉਹਨਾਂ ਨੇ ਕੀ ਮਾਰਿਆ ਕੁਛ? ਇਹਨਾਂ ਨੇ, ਅਸੀਂ ਤਾਂ ਪਿੰਡ ਆ ਵੀ ਸਾਨੂੰ ਨਹੀਂ ਪਤਾ ਕੀ ਮਾਰਿਆ, ਅਸੀਂ ਤਾਂ ਮਗਰੋਂ ਆਉਣਾ ਹੈ। ਕੀ ਮੰਗ ਕਰਦੇ ਸਰਕਾਰ ਕੋਲੋਂ? ਉਹ ਤੇ ਘਰ ਵਾਲੇ ਆਖਣਾ, ਆਪਾਂ ਕੀ ਆ ਸਕਦੇ ਇਹਨਾਂ ਨੂੰ ਵੀ ਸਾਫ ਮਿਲਣਾ ਚਾਹੀਦਾ, ਭਈ ਕਿਹੜੀ ਗੱਲ ਸੱਚੀ ਹੋਣੀ ਚਾਹੀਦੀ ਵੀ। ਰਿਸ਼ਤੇਦਾਰੀ ਵੀ ਹੈਗੀ ਸੀ, ਕਹਿੰਦੇ ਰਿਸ਼ਤੇਦਾਰੀ ਆ ਸਾਰੇ ਆਪ ਹੀ ਆਪ ਹੀ ਸਕੇ ਨੇ। ਹਾਂਜੀ, ਕੀ ਨਾਂ ਜੀ ਆਪਣਾ? ਦੀਦਾਰ ਸਿੰਘ ਜੀ। ਤੇ ਕੀ ਘਟਨਾ ਵਾਪਰੀ ਜਿਹੜੀ ਇਹ ਰਸਪਾਲ ਸਿੰਘ ਦਾ ਜਿਹੜਾ? ਇਹ ਜੀ ਘਟਨਾ ਪਾਣੀ ਤੋਂ ਥੋੜ੍ਹੀ ਜਿਹੀ ਇਹਨਾਂ ਦੀ ਹੋਈ ਆ, ਮਾੜੀ ਮੋਟੀ ਹੈ ਤਾਂ ਆਪ ਵਿਚਦੀ ਸੀ, ਗੱਲ ਕੋਈ ਨਹੀਂ ਸੀ, ਇਹਨੂੰ ਗੱਲ ਨੂੰ ਜ਼ਿਆਦਾ ਵਧਾਇਆ ਗਿਆ। ਜੇ ਇਹਨੂੰ ਇਹ ਤਾਏ ਚਾਚੇ ਦੇ ਆਪ ਵਿਚਦੀ ਨੇ, ਪਹਿਲੀ ਵੀ ਇਹਨਾਂ ਦੇ ਆਪਦੇ ਸੱਕਿਆਂ ਦੀ, ਮਤਲਬ ਇਹਨਾਂ ਨੂੰ ਦਿੱਤੀ ਸੀ, ਨਹੀਂ ਇਹਨਾਂ ਦੇ ਸੱਕੇ ਪਾਸੇ ਰਹਿੰਦੇ ਨੇ, ਦਰਬਾਰਾ ਸਿੰਘ ਆ ਉਹਦੇ ਪੁੱਤੇ ਦਿਲਬਾਗ ਸਿੰਘ, ਉਹਨਾਂ ਪਹਿਲੀ ਦਿੱਤੀ ਇਹਨਾਂ ਨੂੰ ਹਿੱਸੇ 'ਤੇ, ਭਾਵ ਕਿ ਉਹ ਹਿੱਸੇ ਠੇਕੇ 'ਤੇ ਪਹਿਲੀ ਆਉਂਦੇ ਸੀ। ਇਹ ਪਾਣੀ ਟੁੱਟ ਗਿਆ, ਉਹ ਤੋਂ ਸਾਰੀ ਤੱਕ ਇਹ ਜਿਹੜੀ ਆ ਕਲੇਸ਼ ਵਧੀ ਆ। ਠੀਕ ਆ, ਇਹਨਾਂ ਦੇ ਸਿਰ 'ਤੇ ਸੱਟ ਲੱਗੀ, ਸੱਟ ਗੰਭੀਰ ਲੱਗ ਗਈ, ਅਚਾਨਕ ਮੌਤ ਹੋ ਗਈ। ਕਿੰਨੇ ਜਾਣੇ ਮਤਲਬ ਕਿ ਉੱਧਰੋਂ ਕਿਉਂ ਇਸ ਚੀਜ਼ ਦੀ ਮੈਂ ਤੁਹਾਨੂੰ ਪੁਸ਼ਟੀ ਦਿੱਤੀ, ਇਹਦੇ ਬਾਰੇ ਮੈਨੂੰ ਨਹੀਂ ਕੋਈ ਪਤਾ, ਇਹ ਕਿਉਂ ਆਪਾਂ ਸਹੀ ਬਿਆਨ ਦੇਣਾ, ਕਿਉਂ ਮੀਡੀਆ ਰਾਹੀਂ ਬਿਆਨ ਜਾਣਾ, ਅਤੇ ਇਹਦੇ ਬਾਰੇ ਨਹੀਂ ਪਤਾ। ਭਰਾ ਇਹਦਾ ਮੌਕੇ ਦੇ ਉੱਥੇ ਸੀਗਾ, ਨਾਲ ਬੀਬੀਆਂ ਇੱਥੋਂ। ਕਿਉਂ ਕੀ ਨਾਂ ਉਹਦਾ ਭਰਾ ਦਾ? ਉਹਦਾ ਨਾਂ ਕੀ ਮੁੰਡੇ ਛੋਟੇ ਦਾ? ਰਸ਼ਪਾਲ, ਰਸ਼ਪਾਲ, ਹਰਪਾਲ, ਹਰਪਾਲ ਮੌਕੇ ਦੇ ਮੌਜੂਦ? ਹਾਂ, ਉਹ ਮੌਕੇ 'ਤੇ ਮੌਜੂਦ ਆ, ਭਰਾ ਮੌਜੂਦ ਆ, ਬਾਕੀ ਕੋਈ ਪਿੰਡ ਦੇ ਵਿੱਚੋਂ ਨਹੀਂ ਆਉਣ ਗਵਾਂਢ ਰਿਹਾ। ਬੀਬੀਆਂ ਗਈਆਂ ਭੱਜ ਕੇ ਉਹਨਾਂ ਚਿਰ ਨੂੰ, ਜਿੰਨਾ ਚਿਰ ਸੱਟ ਲੱਗ ਗਈ। ਸ਼ਹਿਰ ਗਿਆ ਏ, ਸ਼ਹਿਰੋਂ ਚਟਾਲੇ ਦਾ ਬੀ ਲੈ ਕੇ ਆਇਆ ਏ, ਆਣ ਕੇ ਅੰਦਰ ਡਰਾਇੰਗ ਰੂਮ 'ਚ ਬੈਠਾ ਏ। ਫਿਰ ਉਸ ਤੋਂ ਬਾਅਦ ਫੋਨ ਇਹਨਾਂ ਦਾ ਆਇਆ ਸਾਡੇ ਫੋਨ 'ਤੇ, ਮੇਰੇ ਦਿਓਰ ਦੇ ਫੋਨ 'ਤੇ। ਇਹ ਜਿਹੜੇ ਲੜੇ ਨੇ ਸਾਡੇ ਨਾਲ, ਉਹਨਾਂ ਦਾ ਨਾਂ ਏ ਮੈਨੂੰ ਸਿੱਧੇ ਨਾਂ ਪ੍ਰਭੂ ਏ, ਪਿਓ ਦਾ ਨਾਂ ਚੰਨਾ ਏ। ਹਾਂਜੀ, ਜਦੋਂ ਆਏ ਆ ਨਾ, ਉਹਨਾਂ ਨੇ ਛੋਟੇ ਦੇ ਫੋਨ 'ਤੇ ਫੋਨ ਲਾਇਆ, ਪਾਲ ਨੂੰ ਬਾਹਰ ਕੱਲ, ਉਹਨੇ ਸਾਡੇ ਭਾਣੇ ਵੀ ਇਹਨਾਂ ਨੇ ਪਾਣੀ ਪੀਣਾ, ਝੋਨਾ ਵੱਢਦੇ ਨੇ। ਅਤੇ ਜਦੋਂ ਇਹ ਉਵੇਂ ਸਾਡੇ ਦਿਲ 'ਚ ਕੋਈ ਇਹੋ ਜਿਹੀ ਗੱਲਬਾਤ ਨਹੀਂ ਸੀ ਹੈਗੀ। ਜਦੋਂ ਇਹ ਬਾਹਰ ਗਿਆ ਹੈ ਨਾ, ਅਤੇ ਗਿਆ ਚਲਾ ਉੱਥੇ ਪੈਲੀ 'ਚ, ਜਦੋਂ ਥੋੜ੍ਹੀ ਜਿਹੀ ਵਾਟ ਰਹਿ ਗਈ ਨਾ, 4-5 ਜਾਣੇ ਉੱਡ ਕੇ ਗੱਲ ਪੈ ਗਏ ਨੇ। ਕੀ ਮਾਰਿਆ ਇਹਨਾਂ ਨੇ? ਇਹਨਾਂ ਨੇ ਦਾਤਰ ਮਾਰੇ ਆ ਸਿਰ ਦੇ ਵਿੱਚ। ਮੇਰੇ ਤਾਂ 3 ਲੜਕੀਆਂ ਨੇ, ਲੜਕਾ ਨਹੀਂ, ਮੈਂ ਬੜੀ ਇਕੱਲੇ ਹੀ ਗਿਆ ਸੀ। ਇਹਨਾਂ ਨੂੰ ਇਹ ਥੋੜ੍ਹਾ ਪਤਾ ਸੀ ਸਾਡੀ ਕੋਈ ਗੱਲਬਾਤ ਹੀ ਨਹੀਂ ਹੈਗੀ, ਜੇ ਗੱਲਬਾਤ ਹੁੰਦੀ ਫੇਰ ਹੀ ਸੀ। ਸਾਨੂੰ ਤਾਂ ਇਹ ਸੀਗਾ ਵੀ ਉਹਨਾਂ ਨੇ ਪਾਣੀ ਪੀਣਾ, ਜਿਹੜੇ ਭੈਣ ਭਰਾ ਝੋਨਾ ਵੱਢਦੇ ਨੇ ਉਹ ਆਖ ਦਿੰਦੇ ਪਾਣੀ ਦੇ ਦਿਓ ਪੀਣ ਨੂੰ, ਅਤੇ ਕਹਿੰਦਾ ਚੱਲ ਪਾਣੀ ਪੀਣਾ ਮੈਂ ਲੈ ਜਾਂਦਾ ਵਾਂ। ਸਾਨੂੰ ਨਹੀਂ ਸੀ ਪਤਾ ਇਹਨਾਂ ਦੇ ਦਿਲ 'ਚ ਕੀ ਏ ਰਮਜਾ। ਆਪਣਾ ਝੋਨਾ ਵੱਢਣ ਦੇ ਲਈ ਉਹ ਆਪਦਾ ਝੋਨਾ ਵੱਢਣ ਲਈ ਆਏ ਹੋਏ ਸੀਗੇ। ਉਹ ਨਾ ਮੈਂ ਇੱਕ ਤਾਂ ਇਹ ਤਾਂ ਹੈਗਾ ਹੀ ਹੈਗੇ, ਇੱਕ ਮੈਂ ਆਪਦੇ ਅੱਖਾਂ ਨਾਲ ਉਹਦਾ ਮੁੰਡੇ ਦਾ ਪਿਓ ਵੇਖਿਆ ਚੰਨਾ, ਇੱਕ ਉਹ ਮੁੰਡਾ ਪ੍ਰਭੂ ਵੇਖਿਆ, ਇੱਕ ਸ਼ੇਰਾ ਸੀਗਾ, 3 ਜੀ ਇਹ ਵੇਖੇ ਨੇ ਘਰ ਦੇ, ਜਿਹੜੇ ਟਰਾਲੀ ਤੋਂ ਜਿਨ੍ਹਾਂ ਨੇ ਦੋਵੇਂ ਛਾਲਾਂ ਮਾਰੀਆਂ ਉਹਨਾਂ ਦੇ ਮੇਰੇ ਚਿਹਰੇ ਨਹੀਂ ਨਜ਼ਰ ਆਏ। ਸਰਕਾਰ ਕੋਲੋਂ ਭੈਣ ਜੀ ਕੀ ਮੰਗ ਕਰਦੇ ਹੋ? ਮੈਂ ਤਾਂ ਸਰਕਾਰ ਕੋਲੋਂ ਇਹੀ ਮੰਗ ਕਰਦੀ ਹਾਂ
भी इहनू जिवें मेरा बंदा मुक्या मैं तां उवें ही इहनू चाहुंदी हां उवें ही इहदे नाल होवे इह घर दा मूंह ना वेखे आण के बस मेरी तो यही मांग है मेनू और कुछ नहीं चाहिदा। ਤੁਹਾਡੇ ਵਿਆਹ ਨੂੰ ਕਿੰਨੀ ਦੇਰ ਹੋ ਗਈ ਹੈ ਮਤਲਬ ਜਿਹੜਾ ਰਿਸ਼ਪਾਲ ਦੇ ਨਾਲ ਤੁਹਾਡਾ ਵਿਆਹ ਹੈ? ਮੇਰੇ ਵਿਆਹ ਨੂੰ ਵੀਰੇ ਅਦਕੀ 14 ਸਾਲ ਲੱਗਣਾ ਹੈ। ਤੇ ਵੱਡੀ ਬੇਟੀ ਦੀ ਕਿੰਨੀ ਉਮਰ ਹੋਊਗੀ? ਦੋ ਮੇਰੇ ਕੋਲ ਜੜੂਆ ਬੇਟੀਆਂ ਹੋਈਆਂ ਨੇ ਉਹਨਾਂ ਨੂੰ ਅਦਕੀ 12-12 ਸਾਲ ਲੱਗ ਜਾਣਾ ਹੈ ਤੇ ਜਿਹੜੀ ਛੋਟੀ ਬੇਟੀ ਉਹਨੂੰ 8 ਸਾਲ ਅਦਕੀ ਲੱਗਣਾ ਹੈ। ਦਸੰਬਰ 'ਚ 12 ਮਹੀਨੇ 'ਚ ਲਾਸਟ 'ਚ ਦਿਨਾਂ ਨੂੰ 3 ਮੇਰੀਆਂ ਬੇਟੀਆਂ ਨੇ। कोई वंड विहार नहीं आप दे गए ही केड़े उपरे ही सानू तो पता ही नहीं मैं ओदी भूआ है पाल दी सानू तो कोई पता ही नहीं गा पोचल के लै गए ने पानी आंदे ही पानी पीना है कौन लै के गए ही प्रभु ते शेरा दोवें भरा है नाल प्यो आंदे ਲੈ ਗਿਆ ਨਾਲ ਪਾਣੀ ਦਾ ਜੱਗ ਭਰ ਲਿਆ ਇਹ ਖਾਲੇ ਹੱਥੀ ਚਲੇ ਗਿਆ। ਤੇ ਜ਼ਿਕਰਯੋਗ ਹੈ ਕਿ ਕਹਿੰਦੇ ਕਿ ਰਿਸ਼ਪਾਲ ਦੇ ਡੈਡੀ ਵੀ ਨਹੀਂ ਹੈਗੇ ਉਹਨਾਂ ਦੇ? ਨਹੀਂ ਹੈਗੇ ਮੇਰੇ ਭਰਾ ਮੁੱਕੇ ਨੂੰ 5-6 ਸਾਲ ਹੋ ਗਏ ਭਰਜਾਈ ਮੁੱਕੀ ਨੂੰ ਵੀ 10 ਸਾਲ ਹੋ ਗਏ ਮੈਂ ਕੁੜੀ ਦਾ ਵਿਆਹ ਧਰਿਆ ਏ। ਗੁੱਡੀਆਂ 3 ਗੁੱਡੀਆਂ ਲੜਕਾ ਨੀ ਹੈਗਾ 2 ਜਾਉੜੀਆਂ 1 ਨਿੱਕੀ ਆ। ਦੂਜਾ ਵਿਚਾਰਾ ਜਿਹੜਾ ਉਹ ਭੋਲਾ ਭਾਲਾ ਹੈ ਇਸੇ ਦੇ ਘਰ ਤੇ ਸਾਰਾ ਇਹਦੇ ਘਰ ਤੇ ਸਾਰਾ ਸਾਲ ਚੱਲਦਾ ਸੀ ਸਾਡਾ ਜਿਹੜਾ ਰਪਾਲ ਵਾ ਉਦੋਂ ਕਿੱਥੇ ਹੀ ਛੋਟਾ ਜਿਹੜਾ ਭਰਾ ਰਿਸ਼ਪਾਲ ਉਹ ਭੱਜ ਕੇ ਗਿਆ ਮਗਰ ਘਰੇ ਸੀ ਘਰੋਂ ਆਵਾਜ਼ ਮਾਰ ਕੇ ਜਾ ਕੇ ਮਾਰਤਾ ਹੈ ਉਦੋਂ ਵੀ ਸੱਟ ਲੱਗੀ ਆ ਲੱਗੀਆਂ ਉਹ ਗਿਆ ਉੱਥੇ ਲੱਗੀ ਆਂਦੇ ਸੱਟ ਲੱਗੀ ਉਹਨੇ ਸੱਟ ਲੱਗੀ ਮਾਰਿਆ ਉਹਨੂੰ ਵੀ ਆਏ ਸਰ ਏਐਸਆਈ ਕਵਲਜੀਤ ਸਿੰਘ। ਹਾਂਜੀ ਤੇ ਜਿਹੜੀ ਮਹਿਦੀਪੁਰ ਦੇ ਵਿੱਚ ਮਤਲਬ ਕਤਲ ਹੋਇਆ ਹੈ ਰਿਸ਼ਪਾਲ ਸਿੰਘ ਦਾ ਉਸ ਸੰਬੰਧ ਦੇ ਵਿੱਚ ਤੁਹਾਡਾ ਕੀ ਕਹਿਣਾ ਜੀ? ਇਲਭਾਰ ਸਿੰਘ ਪੁੱਤਰ ਬਲਦੇਵ ਸਿੰਘ ਨੇ ਸਾਨੂੰ ਦਰਖਾਸਤ ਦਿੱਤੀ ਕਿ ਮੇਰੇ ਭਰਾ ਦੀ ਇਹ ਤਰ੍ਹਾਂ ਨੇ ਦਾਤਰ ਦੇ ਨਾਲ ਮੌਤ ਹੋ ਗਈ ਆ ਅਤੇ ਜੋ ਪ੍ਰਭਜੀਤ ਪੁੱਤਰ ਚੰਨਾ ਸਿੰਘ ਵਾਸੀ ਮਹਿਦੀਪੁਰ ਉਹ ਲੜਾਈ ਨਾਲ ਦਾਤਰ ਮਾਰ ਕੇ ਉਹਨੂੰ ਮੌਤ ਦੇ ਘਰ ਦੱਸ ਦਿੱਤਾ ਅਤੇ ਤਫਤੀਸ਼ ਜਾਰੀ ਆ। ਅਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਆ ਹੁਣ ਤੱਕ? ਅਤੇ ਤਫਤੀਸ਼ ਜਾਰੀ ਆ ਅਤੇ ਪਰਚਾ ਦਰਜ ਕਰਕੇ ਅਤੇ ਜਿੰਨੇ ਜੋ ਵੀ ਸੱਚ ਸਾਹਮਣੇ ਆਊਗਾ ਉਹ ਲੜਾਈ ਪਾਣੀ ਤੋਂ ਹੋਈ ਆ ਕਿ ਪਾਣੀ ਕਹਿੰਦੇ ਕਿ ਵੱਢ ਲਿਆ ਤੁਸੀਂ ਅਤੇ ਮੌਕੇ ਤੇ ਨਹੀਂ ਹੋਈ ਆਪਣਾ ਉਹਨੂੰ ਲੈ ਕੇ ਗਏ ਤੇ ਜਾਂਦੇ ਜਾਂਦੇ ਰਾਹ ਦੇ ਵਿੱਚ ਰਸਤੇ 'ਚ ਜਾਂਦਿਆਂ ਮੌਤ ਹੋ ਗਈ ਉਹਦੀ। ਹੁਣ ਜਿਹੜੀ ਲਾਸ਼ ਜਿਹੜੀ ਆ ਉਹ ਪੋਸਟਮਾਰਟਮ ਦੇ ਲਈ ਆਪਣਾ ਸਿਵਲ ਹਸਪਤਾਲ ਪੱਟੀ ਇਹ ਆਪਣਾ ਜਮ੍ਹਾਂ ਕਰਾ ਦਿੱਤੀ ਹੈ ਜੀ। ਤੇ ਕਦੋਂ ਤੱਕ ਜਿਹੜੀ ਪੋਸਟਮਾਰਟਮ ਹੋ ਸਕਦੀ ਹੈ? ਸਵੇਰੇ ਅਸੀਂ ਪੋਸਟਮਾਰਟਮ ਕਰਾ ਕੇ ਜੋ ਵੀ ਬਣਦੀ ਕਾਰਵਾਈ ਜਿਹੜੇ ਮੁਲਜ਼ਮ ਉਹਨਾਂ ਦੇ ਪਰਚਾ ਦਰਜ ਕਰ ਲਿਆ ਗਿਆ? ਪਰਚਾ ਦਰਜ ਕਰਦੇ ਹਾਂ ਜੀ। ਕੋਈ ਮੌਕੇ ਤੇ ਅਰੈਸਟ ਪਾਈ ਗਈ ਜੀ? ਮੈਂ ਹਜੇ ਨਹੀਂ ਪਾਈ ਜੀ। ਬਲਕਿ ਫਰਾਰ ਹੈ ਕਿ ਮਲਕੀ? ਬਾਕੀ ਫਰਾਰ ਚੱਲਣ ਡੇ ਹੈ ਜੀ। ਕੋਈ ਵੀ ਮਲਕੀ ਮਦਦ ਕਰ? ਨਹੀਂ ਨਹੀਂ ਕੋਈ।